ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਪਾਲ ਚੜ੍ਹਨੀ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਅਤੇ ਗੱਲ ਕਰਦੇ ਆਂ ਪੰਜਾਬ ਮੁਕਤ ਹੋਣ ਜਾ ਰਿਹਾ ਨਸ਼ੇ ਤੋਂ ਨਹੀਂ ਨਸ਼ੇ ਤੇ ਵਿਰੁੱਧ ਪਾਵੇਂ ਮੁਹਿੰਮ ਜਾਰੀ ਹੈ ਪਰੰਤੂ ਟੋਲ ਪਲਾਜ਼ਿਆਂ ਦੇ ਖਿਲਾਫ ਹੁਣ ਸਰਕਾਰ ਦਾ ਨਜ਼ਰੀਆ ਕੁਝ ਬਦਲਦਾ ਨਜ਼ਰ ਆਇਆ ਤੁਹਾਨੂੰ ਦੱਸ ਦਈਏ ਕਿ ਭਗਵਾਨਤ ਮਾਨ ਸਰਕਾਰ ਨੇ ਇੱਕ ਫੈਸਲਾ ਲਿਆ ਫੈਸਲਾ ਲੋਕਾਂ ਸਾਹਮਣੇ ਭਗਵੰਤ ਮਾਨ ਕਹਿੰਦੇ ਵਿੱਚ ਦਾਵਾ ਕਰਦੇ ਵਿੱਚ ਠੱਕਦੇ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਛੇਤੀ ਹੀ ਟੋਲ ਪਲਾਜ਼ਾ ਮੁਕਤ ਕਰ ਦਿੱਤਾ ਜਾਵੇਗਾ ਉਹਨਾਂ ਦੇ ਦਾਅਵੇ ਅਨੁਸਾਰ ਗੱਲ ਕਰਿਆ ਜਾਵੇ ਤਾਂ ਟੋਲ ਪਲਾਜ਼ੇ ਰਾਹੀਂ ਲੋਕਾਂ ਦੀ ਜਿਹੜੀ ਲੁੱਟ ਹੁੰਦੀ ਹੈ ਉਹ ਬੰਦ ਹੋਵੇਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਰੋਡ ਤੇ ਮਾਫ ਕਰਨਾ ਰੋਡ ਤੇ ਟੋਲ ਪਲਾਜ਼ਾ ਨੇ ਉਹਨਾਂ ਦੀ ਸੰਖਿਆ ਪੰਜਾਬ ਵਿੱਚ 12 ਹੈ ਤੇ ਉਹ ਐਮਟੀ ਜਿਹੜੇ ਟੋਲ ਪਲਾਜ਼ਾ ਨੇ ਉਹ ਤਿੰਨ ਨੇ ਐਨ ਐਚ ਤੇ ਸੱਤ ਨੇ ਜਿਨ੍ਹਾਂ ਦੀ ਖਾਸ ਕਰਕੇ ਗੱਲ ਕੀਤੀ ਗਈ ਹੈ ਜਿਨ੍ਹਾਂ ਦੀ ਮਿਆਦ ਵੀ ਖਤਮ ਕਰ ਦਿੱਤੀ ਗਈ ਹੈ ਪਰੰਤੂ ਭਗਵਾਨਤ ਮਾਨ ਸਰਕਾਰ ਹੁਣ ਗੰਭੀਰ ਹੈ ਇਸ ਮਾਮਲੇ 'ਚ ਤੇ ਦਾਵਾ ਵੀ ਕਰਦੀ ਨਜ਼ਰ ਆਉਂਦੀ ਹੈ ਉਹ ਵੀ ਖੁੱਲੇ ਮੈਦਾਨ ਖੁੱਲੇ ਮੰਚਾਂ ਤੇ ਭਗਵਾਨਤ ਮਾਨ ਦਾ ਇਹ ਦਾਅਵਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਟੋਲ ਪਲਾਜ਼ਾ ਮੁਕਤ ਹੋ ਜਾਵੇਗਾ ਫਿਲਹਾਲ ਤੁਹਾਨੂੰ ਦੱਸ ਦਈਏ ਭਾਵੇਂ ਟੋਲ ਪਲਾਜ਼ਾ ਕੰਪਨੀਆਂ ਨੇ ਸਰਕਾਰ ਨੂੰ ਗੁਹਾਰ ਜਰੂਰ ਲਗਾਈ ਹੈ ਕਿ ਪਿਛੇ ਕਰੋਨਾ ਟਾਈਮ ਸੀ ਉਹਨਾਂ ਨੂੰ ਨੁਕਸਾਨ ਹੋਇਆ ਤੇ ਟੋਲ ਕਿਸਾਨ ਅੰਦੋਲਨ ਦਾ ਵੀ ਉਹਨਾਂ ਨੂੰ ਨੁਕਸਾਨ ਸਹਿਣਾ ਪਿਆ ਇਸ ਲਈ ਉਹ ਜਿਹੜੀ ਮਿਆਦ ਹੈ ਵਧਾ ਦਿੱਤੀ ਜਾਵੇ ਪਰੰਤੂ ਇਹਨਾਂ ਦੀ ਇਸ ਮੰਗ ਨੂੰ ਲੈ ਕੇ ਨਜ਼ਰ ਅੰਦਾਜ਼ ਕਰਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਸਰਕਾਰ ਛੇਤੀ ਹੀ ਇਹ ਫੈਸਲਾ ਲਾਗੂ ਹੋ ਜਾਏਗਾ ਇਹ ਦਾਵਾ ਭਗਵੰਤ ਮਾਨ ਦਾ ਤੁਹਾਨੂੰ ਫੇਰ ਦੱਸ ਦਿੰਦੇ ਆ ਕਿ ਭਗਵੰਤ ਮਾਨ ਦਾ ਦਾਵਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹੈ ਕਿ ਪੰਜਾਬ ਛੇਤੀ ਹੀ ਟੋਲ ਪਲਾਜ਼ਾ ਮੁਕਤ ਹੋ ਜਾਵੇਗਾ ਜਣੇ ਕਿ ਜੇ ਟੋਲ ਪਲਾਜ਼ਾ ਮੁਕਤ ਹੁੰਦਾ ਤਾਂ ਪੰਜਾਬ ਦੀ ਲੋਕਾਂ ਦੀ ਜੇਬਾਂ ਤੇ ਜਿਹੜਾ ਵੱਡਾ ਡਾਕਾ ਨਿੱਜੀ ਕੰਪਨੀਆਂ ਵੱਲੋਂ ਮਾਰਿਆ ਜਾ ਰਿਹਾ ਹੈ ਜਾਂ ਕੋਈ ਭਾਰੀ ਟੋਲ ਪਲਾਜ਼ਾ ਕਰ ਦੇਣਾ ਪੈਂਦਾ ਉਹ ਤੋਂ ਮੁਕਤੀ ਮਿਲ ਜਾਵੇਗੀ ਕਿਉਂਕਿ ਲੋਕ ਪਹਿਲਾਂ ਵੀ ਸਵਾਲ ਕਰਦੇ ਰਹੇ ਸੀ ਜੇ ਅਸੀਂ ਸੂਬੇ ਨੂੰ ਟੋਲ ਟੈਕਸ ਹੁਣ ਤਾਂ ਦੇ ਰਹੇ ਹਾਂ ਪਰੰਤੂ ਪਹਿਲਾਂ ਸਾਡੇ ਤੋਂ ਰੋਡ ਟੈਕਸ ਕਿਉਂ ਲਿੱਤਾ ਜਾਂਦਾ ਜੇ ਟੋਲ ਪਲਾਜ਼ਾਂ ਤੇ ਜਿਹੜਾ ਟੈਕਸ ਵਸੂਲਿਆ ਜਾ ਰਿਹਾ ਇਹ ਬਹੁਤ ਵੱਡਾ ਸਵਾਲ ਸੀ ਇਸ ਸਵਾਲ ਨੂੰ ਦੇਖਦੇ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਗਈ ਇਹ ਕੋਸ਼ਿਸ਼ਾਂ ਜਾਂ ਕੋ ਐਲਾਨ ਸੱਚਮੁੱਚ ਲੋਕਾਂ ਲਈ ਲਾਹੇਵੰਦ ਹੋ ਸਕਦਾ ਹੈ ਜੇ ਸਰਕਾਰ ਦੇ ਇਹ ਐਲਾਨ ਸੱਚਮੁੱਚ ਸਹੀ ਸਾਬਤ ਹੋ ਜਾਂਦੇ ਨੇ ਪੰਜਾਬ ਟੋਲ ਪਲਾਜ਼ਾ ਮੁਕਤ ਹੋ ਜਾਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਜਾਂ ਕਹੋ ਪੰਜਾਬ ਦੇ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ ਪੰਜਾਬ ਛੇਤੀ ਹੀ ਟੋਲ ਪਲਾਜ਼ਾ ਮੁਕਤ ਹੋ ਜਾਵੇਗਾ ਆਉਣ ਵਾਲੇ ਦਿਨਾਂ 'ਚ ਬਹੁਤ ਲੋਕਪੱਖੀ ਫੈਸਲੇ ਹੋਰ ਹੋਣਗੇ ਅਸੀਂ ਟੈਕਸ ਤੁਹਾਡੇ ਤੋਂ ਲਵਾਂਗੇ ਪਰ ਇੱਕ ਗੱਲ ਦਾ ਯਕੀਨ ਰੱਖਿਓ ਉਹ ਟੈਕਸ ਜੇ 100 ਰੁਪਏ ਲੈ ਲਿਆ ਤੁਹਾਡੇ ਤੋਂ 101 ਰੁਪਏ ਕਰਕੇ ਤੁਹਾਡੇ 'ਤੇ ਲਾਵਾਂਗੇ ਅਸੀਂ 101 ਰੁਪਏ ਉਹ ਪੁਲ ਦੇ ਰੂਪ 'ਚ ਆਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਚਾਹੇ ਉਹ ਪੁਲ ਥੈਂਕ ਯੂ ਤੇ ਪੁਲ ਬਣਾਈਏ ਚਾਹੇ ਚਾਹੇ ਆ ਜਿਹੜੇ ਸੜਕਾਂ ਤੇ ਲੱਗੇ ਹੋਏ ਨੇ ਨਾਕੇ ਦੋ ਤਾਂ ਖਤਮ ਕਰਤੇ ਦੋ ਦਿਨ ਹੋਰ ਨੇ ਹੋਣ ਵੀ ਭਾਈ ਤੁਹਾਡੀ ਐਕਸਪਾਇਰੀ ਡੇਟ ਜਿਹੜੀ ਆ ਉਹ ਲੰਘ ਚੁੱਕੀ ਹੈ ਕਹਿੰਦੇ ਕਰੋਨਾ ਆ ਗਿਆ ਸੀ ਸਾਡਾ ਬਤਾਓ ਮੈਂ ਕਿਹਾ ਕਰੋਨਾ ਸਾਡੇ ਇਕੱਲੇ ਤੇ ਆਇਆ ਸੀ ਸਾਰਿਆਂ ਤੇ ਆਇਆ ਸੀਗਾ ਇਹ ਥੋੜੀ ਹੁੰਦਾ ਮੈਂ ਕਹਿੰਦਾ ਨੈਸ਼ਨਲ ਡਿਜਾਸਟਰ ਹੈ ਉਹ ਉਹ ਤਾਂ ਵਧਾ ਨਹੀਂ ਸਕਦੇ ਅਸੀਂ ਚੁੱਪ ਕਰਕੇ ਆਪਣਾ ਜਿਹੜਾ ਟੋਲ ਪਲਾਜ਼ਾ ਚੱਕ ਕੇ ਲੈ ਜਾਓ ਇੱਥੋਂ ਬਹੁਤ ਹੋ ਗਿਆ ਸੋ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹੋਰ ਵੀ ਖੁਸ਼ਖਬਰੀਆਂ ਮਿਲਣਗੀਆਂ ਕਿ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਪਹਿਲਾਂ ਪੰਜਾਬ ਨੂੰ ਮਾਫੀਏ ਤੋਂ ਭ੍ਰਿਸ਼ਟਾਚਾਰੀਆਂ ਤੋਂ ਇਹਨਾਂ ਤੋਂ ਯਾਦ ਤਕਰਾਉਣਾ ਕਰਾਈ ਜਾਂਦੇ ਆ ਪੰਜਾਬ ਨੂੰ ਤਾਂ ਅਜੇ ਸੜਕਾਂ ਯਾਦ ਨਹੀਂ ਹੈਗੀਆਂ ਸਾਡੀਆਂ ਪੰਜਾਬ ਦੀਆਂ ਸੜਕਾਂ ਯਾਦ ਕਰਾਉਣੀਆਂ ਪਹਿਲਾਂ ਤਾਂ ਕਿ ਸੜਕਾਂ ਤਾਂ ਸਾਡੀਆਂ ਹੋਣ ਸਰਕਾਰਾਂ ਦਾ ਕੰਮ ਕੀ ਹੁੰਦਾ ਸੜਕਾਂ ਬਣਾਉਣਾ ਫਰਜ਼ ਹੁੰਦਾ ਸਰਕਾਰਾਂ ਇਹਨਾਂ ਨੇ ਕੋਈ ਸੜਕ ਵੀ ਨਹੀਂ ਛੱਡੀ ਇਹ ਜਿਹੜੀ ਜਿੱਦੇ ਟੋਲ ਨਾ ਲਾਇਆ ਹੋਵੇ ਔਰ ਜਾਣ ਬੁਝ ਕੇ ਟੋਲ ਦੇ ਆਲੇ ਦੁਆਲੇ ਨਹੀਂ ਸੜਕਾਂ ਜਿਹੜੀਆਂ ਬਣਾਈਆਂ ਨਹੀਂ ਦੋ ਵਾਰੀ ਚਲੇ ਜਾਉਂਗੇ ਇਧਰ ਉਧਰ ਦੀ ਕੱਢ ਕੇ ਪਿੰਡਾਂ ਵਿੱਚ ਦੀ ਤੀਜੀ ਚੌਥੀ ਵਾਰੀ ਕਹੋਂਗੇ ਕਾਹਨੂੰ ਗੱਡੀ ਭੰਨਣੀ ਹੈ 50 ਰੁਪਏ ਉੱਥੇ ਦੇ ਦੇਣੇ ਯਾਰ ਐਦਾਂ ਘੇਰ ਕੇ ਲਿਆਉਂਦੇ ਆ ਮਤਲਬ ਲੁੱਟਣ ਵਾਸਤੇ ਸੋ ਇਹ ਹੋ ਨਹੀਂ ਸਕਦਾ ਇਹ ਟੋਲ ਦੇ ਜਿਹੜੇ ਰੂਲ ਨੇ ਇੰਟਰਨੈਸ਼ਨਲ ਉਹ ਇਹ ਕਹਿੰਦੇ ਨੇ ਕਿ ਟੋਲ ਕੰਪਲਸਰੀ ਨਹੀਂ ਹੋ ਸਕਦਾ ਆਲਟਰਨੇਟਿਵ ਹੋ ਸਕਦਾ ਕੈਨੇਡਾ ਅਮਰੀ ਕਿ ਜੇ ਤਾਂ ਤੁਸੀਂ ਟਾਈਮ ਘੱਟ ਹੈ 15 ਮਿੰਟਾਂ ਜਾਣੇ ਤਾਂ ਇਸ ਰੋਡ ਰਾਹੀਂ ਚਲੇ ਜਾਓ 10 ਡਾਲਰ ਲੱਗਣਗੇ ਜੇ ਤੁਹਾਡੇ ਕੋਲ ਟਾਈਮ ਹੈ ਅੱਧਾ ਘੰਟਾ 35 ਮਿੰਟ ਲੱਗ ਸਕਦੇ ਨੇ ਤਾਂ ਦੂਜੀ ਰੋਡ ਹੈ ਤੇ ਸਾਡੇ ਇੱਥੇ ਕਹਿੰਦੇ ਜੀ ਇੱਥੋਂ ਦੀ ਹੀ ਜਾਓ ਹੁਣ ਸਾਂਨੇ ਵਾਲਾ ਚੱਕ ਕੇ ਲਿਆ ਕੇ ਲਾਡਵਾਲਾ ਲਿਆ ਹੁਣ ਦਰਿਆ ਵਿੱਚ ਦੀ ਕਿਵੇਂ ਲੰਗੀਏ ਕਹਿੰਦੇ ਇੱਥੋਂ ਦੀ ਲੰਘੋ ਹਾਲਾਂਕਿ ਰੂਲ ਮੁਤਾਬਕ ਜਿਹੜਾ ਉਹਨਾਂ ਦਾ ਐਗਰੀਮੈਂਟ ਹੋਇਆ ਹੈ ਜਗ੍ਹਾ ਨਹੀਂ ਬਦਲ ਸਕਦੇ ਉਹ ਜਿੱਥੇ ਲੱਗ ਗਿਆ ਕੇਰਾ ਮੰਜ਼ੂਰ ਹੋ ਗਿਆ ਉਹ ਦੂਜਾ ਸ਼ੰਭੂ ਵਾਲਾ ਉਹ ਚੱਕ ਕੇ ਹਰਿਆਣੇ ਵਾਲੇ ਪਾਸੇ ਉਹ ਪੁੱਲ ਟੱਪ ਕੇ ਲਾ ਲਿਆ ਉਦੋਂ ਪਹਿਲਾਂ ਜਦੋਂ ਸੀ ਉਦੋਂ ਬਲੂਡ ਨੂੰ ਸੜਕ ਮੁੜਦੀ ਸੀ ਇੱਕ ਉਹ ਟੋਲ ਦੇ ਅੰਦਰ ਨਹੀਂ ਆਉਂਦੀ ਸੀ ਉਹ ਕਹਿੰਦੇ ਜੀ ਤਾਂ ਲੋਕ ਤਾਂ ਇਧਰ ਦੀ ਲੰਘਣ ਲੱਗ ਗਏ ਆਪਾਂ ਪਿੱਛੇ ਕਰ ਲੈਣਾ ਥੋੜਾ ਜਿਹਾ